ਆ ਦੇਖੋ ਦੀ ਗੱਡੀ ਇੱਥੋਂ ਲੱਗੀ ਸੀ ਆ ਆਪਾਂ ਸੈਟ ਕਰਾਉਣ ਜਾਣੀ ਆ ਕਰੂਜ਼ ਦੀ ਲੈਟ 150 ਕਰੂਜ਼ ਦੀ ਲੈਟ 150 ਅੱਲ ਬੋਲੀ ਜਾਂਦਾ ਸੀਗਾ ਮਾਰਕੀਟ 'ਚ ਖੜਾ ਭਵੇਸ਼ ਭਈਆ 20K ਮੋਮੋਸ ਕਰ ਦੋ ਜਿਹੜੇ ਬੰਦਿਆਂ ਦੀ ਗੱਡੀਆਂ ਠੁਕੀਆਂ ਹੋਈਆਂ ਭਰਾਓ ਬੜਾ ਲਾਓ ਸਮਾਨ ਖਰੀਦੋ ਸੈਕਿੰਡ ਹੈਂਡ ਪਵਾਓ ਤੇ ਨਜ਼ਾਰੇ ਲਓ ਸਸਤੇ 'ਚ ਕੰਮ ਆ ਇੰਜਨ ਦਿਖਾ ਗੱਡੀਆਂ ਦੇ ਜਿਹੜੀ ਮਹਿੰਗੀ ਮਹਿੰਗੀ ਗੱਡੀਆਂ ਚਲਾਉਂਦੇ ਆ 700 ਦੀ ਮਿਲਣ ਦੀ ਫਿਰ 1500 ਦੀ ਫਿਰ 1700 ਦੀ ਲੈ ਜਾਂਦੇ ਆ ਜਦੋਂ ਵੱਜਣਗੇ ਵੀਰ ਜੀ ਡਿੱਪਰ ਤਕੜ ਤਕੜ हाँ जी गुड मॉर्निंग जी सारिआं नूं किवें सारे उम्मीद करदा सारे वधिया होंगे तो आपां वी बिल्कुल बहुत वधिया ते जिवें कि तुहानूं सारिआं नूं पता पिछले व्लॉग दे विच जिहड़ी साडी गड्डी सीगी क्रूज एक्सीडेंट हो गया सी ते अज असीं उहदा चले आ कम करवाउण ते देखदे आ चंडीगढ़ दी मशहूर मार्केट आ जिथे उहनां दे कम हुंदे आ तुहानूं पता है कि जिवें कंपनी बंद हो गई आ ते थोड़ा बहुत उहदा औखा हो जांदा क्रूज गड्डी दा ਤਾਂ ਕਰਕੇ ਅਸੀਂ ਅੱਜ ਮਾਰਕੀਟ ਚੱਲੇ ਹਾਂ ਉੱਥੇ ਦੇਖਦੇ ਹਾਂ ਦੀ ਲਾਈਟ ਪੁੱਛਦੇ ਲਾਈਟ ਦਾ ਪਤਾ ਕਰਦੇ ਹਾਂ ਬੰਪਰ ਬੁੰਪਰ ਜਿਹੜਾ ਲੱਗਿਆ ਸਾਰਾ ਸੈੱਟ ਕਰਾਉਣਾ ਅਤੇ ਸਾਰੇ ਚੱਲੇ ਹਾਂ ਇਹ ਬੰਦਾ ਵੀ ਅੱਜ ਇੱਥੇ ਹੀ ਸੀਗਾ ਇਹਨੂੰ ਵੀ ਇੱਥੇ ਰੋਕਿਆ ਕਿਉਂਕਿ ਸਵੇਰੇ ਜਲਦੀ ਜਾਣਾ ਸੀ 8 ਵਜੇ ਜਾਣਾ ਸੀ ਬੰਦੇ ਨੇ 8 ਵਜੇ ਫੋਨ ਕੀਤਾ 8 ਵਜੇ ਦਾ ਦੱਸਿਆ ਸੀ ਅਤੇ ਬਿੱਲੇ ਕਿੰਨਾ ਟਾਈਮ ਹੋ ਗਿਆ 11:30 ਹੋ ਗਏ ਆ 11:30 ਅਤੇ ਉਹ ਬੰਦਾ ਹੁਣ ਆਉਣ ਲੱਗਾ ਗੱਡੀ ਲੈ ਕੇ चलो हुण अगे जिद्दां ही गड्डी लैके आउंदा ते फिर उस तों बाद आपां चलदे आ मिलदे आ अगे जाके दिखाने तुहानूं अज माहौल चल सारा लो जी आ गया बंदा साडा ते आ देखो दी गड्डी इत्थों लगी सी आ आपां सैट करवाउण जाणी आ बड़ा नुकसान हो गया बड़ा आजी भाजी किधर नु जाना अज्ज आपां अज सारा खर्चा जेड़ा दिहाड़ी दा सारा सैवी जोड़न ने चकना अपना सही गल है बिल्ले गड्डी च रह गया देखो कि मनूंगा कुड़ियां वाले काम करता जी आ भवेश मां जन कल बोली जांदा सीगा मार्केट च खड़ा भवेश भैया 20K मोमोस कर दो भैया 20K ऐदां ही करी जावे भैन दा यार बंदा आ गया तां दिखाने की दा इह रिप्लेनिश इहने ला के परौंठा देखो जी सवेरे सवेरे परौंठा जो हुण तां तू खाना नहीं भैन दे यार हुण ही तू खोल लग गया तू खा ली लिया 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 दो लिया होर जेड़े बंदिया दी गड्डियां ठुकियां होईयां भराओ बड़ैल आओ समान खरीदो सैकिंड हैंड पवाओ ते नजारे लो सस्ते च कम गड्डी दा समान कितों नहीं मिलदा ओह अपने बड़ैल तों आके मिलदा बड़ैल तों आ देखो मार्केट रहण दे नूं सारी मार्केट बाबे पुरानी पुरानी जे तुसीं पुराना नवा समान लेना इत्थों हर एक गड्डी दा समान समून मिल जांदा आ ते आपां हुण गर्ग केड़ा आ गर्ग ओ इहने भैण दे आने हाथ धोणे आपां नूं चारां नूं लै के चला आ जा सारी मार्केट दूर तक ओही है पंजाब मोटर इत्थों पंजाब मोटर पुराना
ਇੱਥੇ ਲਾਈਟ ਮਿਲ ਗਈ ਆ ਤੇ ਲਾਈਟ ਹੀ ਸਾਲੀ 1500 ਰੁਪਏ ਦੀ ਦੱਸੀ ਜਾਂਦੇ ਆ ਕਰੂਜ਼ ਦੀ ਪੁਰਾਣੀ ਉਹ ਵੀ ਏਦਾਂ ਦਾ ਹਾਲ ਆ ਮੈਂ ਦੂਰੋਂ ਇਸ਼ਾਰੇ ਮਾਰਦਾ ਪੁਰਾਣੀ ਕਦੇ ਕਹੀ ਜਾਂਦਾ ਮੈਂ ਤੇ ਯਾਰ ਪੁਰਾਣੀ ਨਹੀਂ ਉਹ 1500 ਦੀ ਬਾਲੀ ਖਰਾਬ ਕੰਡੀਸ਼ਨ ਆ ਜੀ ਉਹਦੀ ਤੇ ਕੱਲਾ ਸ਼ੀਸ਼ਾ ਲੈ ਲਾ 700-800 ਰੁਪਏ ਆ ਇੰਜਨ ਦਿਖਾ ਗੱਡੀਆਂ ਦੇ ਜਿਹੜੀ ਮਹਿੰਗੀ ਮਹਿੰਗੀ ਗੱਡੀਆਂ ਚਲਾਉਂਦੇ ਆ ਆ ਹਾਲ ਆ ਬੋਨਟ ਲੱਥਾ ਕੇ ਬੰਪਰ ਲੱਥਾ ਬਾਈ ਕਰੂਜ਼ ਦੀ ਲਾਈਟ ਮਿਲ ਜੂ ਹਾਂਜੀ ਹਾਈ ਬੀਮ ਕਰੀ ਉਧਰੋਂ ਇਹ ਕਿੰਨੇ ਦੀ ਹੈ ਜੀ 1800 ਰੁਪਏ ਦੀ ਤਾਂ ਸ਼ੀਸ਼ਾ ਵੀ ਮੈਨੂੰ ਲੱਗਦਾ ਅਰੇ ਉਹ ਆ ਕੱਲ ਸ਼ੀਸ਼ਾ ਦਿਓ ਭਾਜੀ 1000 ਰੁਪਏ ਦਾ ਕੱਲ ਸ਼ੀਸ਼ਾ ਦੇ ਦੇ ਹੋਰ ਦੱਸ 700 ਰੁਪਏ ਦਾ ਕਰ ਲੈ ਮੇਰੀ ਜਾਨ ਐ ਨਾ ਕਰ ਅਰੇ ਤੇਰੇ ਬਲੌਗ ਦੇ ਵਿੱਚ ਦੁਕਾਨ ਦਾ ਹੀ ਪਾ ਦੇਣਾ ਸੀ ਕੀ ਨਾਮ ਆ ਭਾਈ ਆਪਣੀ ਦੁਕਾਨ ਦਾ ਸੀਤਲ ਮੋਟਰ ਕਿਹੜਾ ਸੀਤਲ ਸੀਤਲ ਵਾਲਿਆਂ ਤੋਂ ਆਓ ਭਾਈ ਲੈਣ ਭਾਈ ਇਹਨਾਂ ਕੋਲੋਂ ਆ ਕੇ ਚੀਜ਼ ਲੈ ਕੇ ਜਾਇਓ ਵਧੀਆ ਰੇਟ ਵਾਕਈ ਰੇਟ ਤੇ ਤਾਂ ਫਰਕ ਹੈ ਤੇ ਇੱਥੇ ਵੱਧ ਦਿਓ ਰੇਟ ਦੀ ਗੱਲ ਬਣੀ ਨੀ ਸੈਵੀ ਦੀ ਲੋ ਭਰਾ ਨਵੀਂ ਜਗ੍ਹਾ ਤੇ ਆ ਗਏ ਤੇ ਇੱਥੇ ਲੈਟਾਂ ਹੀ ਲੈਟਾਂ ਆ ਆ ਵਰਨਾ ਦੀ ਜਾਲੀ ਆ ਆ ਕਾਲੀ ਆ ਪਾਣੀ ਮਿਲ ਜੂਗਾ ਤੁਹਾਨੂੰ 2500 ਫਰੰਟ ਹਾਲੋ ਕੰਨਾਂ ਦੀਆਂ ਦੇਖੀ ਜਾਵੇ ਜਾਲੀਆਂ ਕੰਨਾਂ ਦੀਆਂ ਦੇਖੀ ਜਾਵੇ ਬਾਹਰ ਜੇ ਵੀ ਆ ਗਈ ਲੈਟ ਹੋਏ ਉਦਾਂ ਦੀ ਜਿੱਦਾਂ ਦੀ ਪਹਿਲਾਂ ਦੇਖਿਆ ਆਪਾਂ 1800-1600 ਰੁਪਏ ਦੀ ਸਾਫ ਆ ਘੰਟਾ ਸਾਫ ਆ ਮੇਰਾ ਨਹੀਂ ਲੱਗ ਜਾਣਾ ਪਤਾ ਯਾਰ ਇਹ ਅੰਦਰੋਂ ਸਾਫ ਆ ਬਾਹਰੋਂ ਧੁੰਦਲੀ ਬਸ ਨਹੀਂ ਸਾਫ ਆ ਉਦਾਂ ਠੀਕ ਆ ਬਰੋ ਇਹ ਤਾਂ ਲੈਟ ਇਹ ਲੈਟ ਸਹੀ ਆ ਠੀਕ ਆ ਵੀ ਸਾਫ ਆ ਪਾਣੀ ਪਿਲਾ ਦੋ ਭਾਜੀ 1700 ਰੁਪਿਆ ਪਿਆਸ ਲੱਗ ਗਈ 700 ਦੀ ਮਿਲਣ ਦੀ ਫਿਰ 1500 ਦੀ ਫਿਰ 1700 ਦੀ ਲੈ ਜਾਂਦੇ ਫਿਰ ਓਰਿਜਨਲ ਮਿਲੀ ਨਾ ਹੁਣ ਚੜਾਉਂਦਾ ਤੇ ਹੁਣ ਅੱਗੇ ਜਾ ਕੇ ਬਚਣਗੇ ਵੀਰ ਜੀ ਡਿੱਪਰ ਤਕੜ ਤਕੜ ਡਿੱਪਰ ਦੇ ਦੇ ਉਹਨੇ ਖਰਾਬ ਕਰ ਦੇਣੀ ਹੈ ਕਰੂਜ਼ ਦੀ ਲੈਟ 150 ਕਰੂਜ਼ ਦੀ ਲੈਟ 150 ਭਾਈ ਕਰੂਜ਼ ਦੀ ਲੈਟ 150 ਬਾਹਰ ਚਲੋ ਰਵੇ ਇਧਰੋਂ ਹੁਣ ਆਪਾਂ ਕਿੱਧਰ ਨੂੰ ਜਾਣਾ ਦੂਜੀ ਮਾਰਕੀਟ ਲੋ ਜੀ ਹੁਣ ਚੱਲੇ 28 ਦੀ ਮਾਰਕੀਟ ਉੱਥੋਂ ਜਿੱਥੋਂ ਗੱਡੀ ਸੈੱਟ ਕਰਾਉਣੀ ਹੈ ਡੈਂਟਿੰਗ ਪੇਂਟਿੰਗ ਕਰਾਉਣੀ ਹੈ ਇਹਨੂੰ ਐਡਰੈਸ ਸਮਝਾਓ ਛੋਲੂ ਲਾਲ ਭਈਆ 2020 ਲੈ ਲੋ ਭਈਆ ਪੰਪ ਕੇ ਸਾਥ ਵਾਲੀ ਮੇ ਕਿਤਨੇ ਨੰਬਰ ਦੁਕਾਨ ਹੈ 9 ਨੰਬਰ ਦਾ ਹੈ ਠੀਕ ਹੈ ਕਮਿੰਗ ਆ ਸਾਹਿਲ ਆ ਗਿਆ ਓਏ ਸਾਹਿਲ ਗੱਡੀ ਸੈੱਟ ਕਰਾਉਣੀ ਆ ਜੀ ਉੱਥੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਉੱਥੇ ਕਿੰਨਾ ਖਰਚਾ ਆਉਂਦਾ ਆ ਸਾਨੂੰ ਪਤਾ ਕਰੂਜ਼ ਗੱਡੀ ਆ ਇਹਦਾ ਔਖਾ ਹੀ ਮਿਲਦਾ ਕੰਮ ਕਾਰ ਸੈਵੀ ਦੁੱਖ ਹੈ ਤੈਨੂੰ ਮਾੜਾ ਮੋਟਾ ਕਾਰੀਗਰ ਲੱਭ ਗਿਆ ਤੇ ਆ ਗਿਆ ਟਿਕਾਣੇ ਤੇ ਉਸਤਾਦ ਜੀ ਕਦੋਂ ਤੱਕ ਹੋਜੂ ਗੱਡੀ ਸੈੱਟ ਹੈ ਨਵੇਂ ਤਾਂ ਡੈਂਡਿੰਗ ਕਰੀ ਉਸਕੀ
ਜੀ ਯਾਰ ਸਿਫਾਰਸ਼ਾਂ ਨਾਲ ਕੰਮ ਹੁੰਦਾ ਇੱਥੇ ਬੜਾ ਕੰਮ ਖਰਾਬ ਹੋ ਗਿਆ ਬੜਾ ਬਿੱਲੇ ਜਦ ਤੱਕ ਆਪਾਂ ਗੇੜਾ ਗੂੜਾ ਕੱਢਾਈਏ ਕਿੱਥੇ ਦੁਬਾਰਾ ਕਹੀ ਲਾਂਟੇ ਚੱਲ ਫਿਰ ਨਾ ਕਰਾਈ ਮੈਚ ਆਪਣੀ ਕਿੱਥੇ ਆ ₹2,000 ਲੈਣਾ ਜਿਹੜਾ ਮਰਜ਼ੀ ਵਾਈਟ ਹੋਵੇ ਭਾਜੀ ਮਰੂਤੀਆਂ ਚ ਬਹਿਣ ਵਾਲੇ ਪੈਂਦੇ ਯਾਰ ਬਾਈ ਧਿਆਨ ਨਾ ਮਾਰੀ ਨਾ ਦਿਲ ਥੋੜਾ ਹੋ ਜਾਂਦਾ ਜਦੋਂ ਗੱਡੀ ਦੇ ਥੋੜਾ ਵੱਜਦਾ ਦਿਮਾਗ ਕਹਿੰਦੇ ਨੇ ਇਹ ਗੱਡੀ ਦੀ ਬੈਟਰੀ ਆ ਜੀ 500 ਵਾਟ ਦਾ ਜਿਹੜਾ ਹੋ ਗਿਆ ਡੈਂਟ ਨਿਕਲਦਾ ਤੇਲ ਆ ਗਿਆ ਸੀਗਾ ਖਰਚਾ ਕਰ ਰਿਹਾ ਪੂਰਾ ਸਾਨੂੰ ਲੈ ਕੇ ਆਉਣ ਦੀ ਸੇਵਾ ਪਾਣੀ ਬਿੱਲੇ ਤੇਰੇ ਨਾਲ ਉਹਦਾ ਸੈਵੀ ਭਰਾ ਵਧੀਆ ਨਿਕਲਿਆ ਜੀ ਮਾਮਾ ਲਾ ਕੇਲਾ ਨਾ ਪਾ ਦੀ ਭਰਾਵਾ ਆਹ ਪਾਈ ਕਿੰਨੀਆਂ ਗਾਜਰਾਂ ਗੁਜਰਾਂ ਆਈਆਂ ਲੋ ਜੀ ਗਾਜਰ ਦਾ ਜੂਸ ਪੀ ਗਏ ਇਹ ਤੋਂ ਬਾਅਦ ਡਿਨਰ ਉਹ ਬ੍ਰੇਕਫਾਸਟ ਕੀ ਕਰਾਉਣਾ ਚਾਹ ਹਾਏ ਹਾਏ ਬਿੱਲੇ ਤੇਰੀ ਛੁੱਟੀ ਅੱਜ ਤੋਂ ਬਾਅਦ ਬਿੱਲਾ ਫ੍ਰੀ ਵਾਲੀ ਲੰਬ ਬਹੁਤਾ ਉਹਦਾ ਸਵਾਦ ਲੱਗ ਗਿਆ ਬਿੱਲੇ ਕਿਉਂ ਵੀ ਮੱਖਣ ਜਾ ਕਰ ਮੱਖਣ ਦਾ ਨਾਲ ਤਾਂ ਖਾਂਦਾ ਨਹੀਂ ਮੈਂ ਚਾਹ ਵੀ ਦੋੜੀ ਆ ਹੈ ਮੈਂ ਚਾਹ ਵੀ ਦੋੜੀ ਆ ਚਾਹ ਵੀ ਨਹੀਂ ਹੈਗਾ 2 ਪੀਸ ਰਖਾ ਦਾਂ ਹੋਰ ਹਾਂ ਮੈਂ ਇੱਦਾਂ ਹੀ ਕੱਚੇ ਖਾ ਜਾਣੇ ਨਾਨ ਖਾ ਕੇ ਚਾਹ ਚੂ ਪੀ ਕੇ ਫਿਰ ਗੱਡੀ ਵੱਲ ਨੂੰ ਚੱਲੇ ਆ ਜੇ ਗੱਡੀ ਸੈੱਟ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਮੋਲ ਜਾਣਾ ਮੋਲ ਆ ਦੇਖ ਸਾਹਿਲ ਚ ਬਹਿ ਜਾਂਗੇ ਆਹ ਸਾਹਿਲ ਖੜਾ ਤੇ ਹੁਣ ਚਲੋ ਜੀ ਗੱਡੀ ਦਾ ਦੇਖ ਰਹੇ ਆ ਕੀ ਬਣਿਆ ਕੀ ਨਹੀਂ ਬਣਿਆ ਤੇ ਮੈਨੂੰ ਲੱਗਦਾ ਨਹੀਂ ਗੱਡੀ ਛੇਤੀ ਸੈੱਟ ਹੋਣੀ ਆ ਉਹ ਕਿੰਨੀ ਚਲੋ ਦੇਖਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਕੀ ਹਿਸਾਬ ਕਿਤਾਬ ਆ ਗੱਡੀ ਦਾ ਮਿਲਦੇ ਆ ਗੱਡੀ ਲਾ ਕੇ ਗਈ ਗੱਡੀ ਹੈ ਹੀ ਨਹੀਂ ਇੱਥੇ ਕਿਤੇ ਭਈਆ ਗਾੜੀ ਕਹਾਂ ਗਈ ਮਾਰੀ ਕਰੂਜ਼
ਨੱਟ ਖੋਲਣੇ ਪੈਣੇ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਇਹਦਾ ਲੋਡ ਪੈਂਦੀ ਨੀ ਬਾਬਾ ਕਿੰਨਾ ਟਾਈਮ ਲੱਗੂਗਾ ਹੋਰ ਪੇਂਟ ਨੂੰ ਸੁੱਕਣਾ ਲੱਗਣਾ ਪੇਂਟ ਚ ਮੈਚਿੰਗ ਮੂਚਿੰਗ ਹੋ ਜੂਗੀ ਨਾ ਸਾਰੀ ਮੈਚਿੰਗ ਓਕੇ ਰਿਪੋਰਟ ਡਿਵੋਰਸ ਦਾ ਚੱਕਰ ਤਾਂ ਨਹੀਂ ਪਊ ਬਾਅਦ ਚ ਫੇਰ ਠੀਕ ਆ ਪੇਂਟ ਦਾ ਚੱਕਰ ਪੈ ਗਿਆ ਬਾਈ ਕਹਿੰਦਾ ਮੈਂ ਪੈਸੇ ਲੈਣੇ ਤੇ ਪੇਂਟ ਦੇ ਤੂੰ ਕਹਿੰਦਾ ਫ੍ਰੀ ਮੇ ਕਰਾ ਆਪਣੇ ਘਰ ਦੇ ਬੰਦਾ ਯਾਰ ਹੈਂ ਉਹ ਭਈਆ ਜੇ ਲਾਈਨ ਜ਼ਰੂਰ ਰਹਿ ਜਾਏ ਐਸੇ ਨਾ ਲਗੇ ਭਾਜੀ ਇਕੱਠਾ ਹੀ ਜਾ ਰਹਾ ਹੈ ਲਾਈਨ ਹੀ ਤਾਂ ਬਣਾ ਰਹੇ ਨੇ ਯਾਰ ਭਈਆ ਇਸ ਕਰ ਲੋਕ ਤੋਂ ਥਾ ਆਪ ਵੈਲਡਿੰਗ ਕਰਕੇ ਲੋਕ ਲਗਾ ਦਿੱਤੇ ਲੋਕ ਨਹੀਂ ਥਾ ਉਸ ਮੇ ਨਾ ਯਾਰ ਉਹ ਬਾਈ ਚਾਂਸ ਕਭੀ ਇਸ ਕੋ ਖੋਲਨੇ ਦਾ ਜ਼ਰੂਰਤ ਪੜ ਜਾਏ ਪਟੇਗਾ ਖੋਲ ਖੋਲ ਜਾਏਗਾ ਨਾ ਕੋਈ ਸਿਸਟਮ ਪ੍ਰੋਬਲਮ ਆ ਦੇਖੀ ਸਵਾਦ ਲੈਂਦਾ ਦੇਖੀ ਸਵਾਦ ਲੈ ਰਿਹਾ ਪੂਰਾ ਧਿਆਨ ਕੀਤੇ ਇਹਦੇ ਭੈਣ ਚੋ ਗੱਡੀ ਦੇ ਕੱਪੜਾ ਦੇ ਆ ਚੱਕ ਆ ਚੱਕ ਟਾਈਮ ਪਾਸ ਕਰਨ ਦਿਆ ਭੈਣ ਚੋ ਉਦਾਂ ਤੇ ਉਹ ਪਿੱਛੇ ਸਾਈਡ ਲੰਘਿਆ ਤੇ ਆਪਣੀ ਗੱਡੀ ਦੇ ਬੰਦੇ ਤਿੰਨ ਤਿੰਨ ਲੱਗੇ ਆ ਦੇਖੋ ਪਿੱਛੇ ਚੌਥਾ ਵੀ ਆ ਗਿਆ ਕਰ ਦੋ ਮਾਮਾ ਇਹਨਾਂ ਨੂੰ ਕਹਿ ਸਹਿਬੀ ਕਿੰਨਾ ਕੁ ਟਾਈਮ ਲੱਗਣਾ ਹਾਂ ਕੱਛਾ ਚੈੱਕ ਕਰਦਾ ਉਹ ਦੇਖ ਪਿੱਛੋਂ ਤੂੰ ਡਿਗਾਰਟਮੈਂਟ ਉਹਦਾ ਹਾਂ ਲੈ ਇਹਨੂੰ ਦੇਖ ਲਾ ਚੱਲ ਇਹਨੂੰ ਦੋ ਘੰਟੇ ਹੋ ਗਏ ਬੰਪ ਇੱਥੇ ਹੀ ਲੱਗਾ ਬੋਨਟ ਦੇ ਕੱਪੜਾ ਘਸਾਉਣ ਬਿੱਲਾ ਸਾਡੇ ਤੋਂ ਚੱਲ ਗਿਆ ਦੂਰ ਬਿੱਲੇ ਦੀ ਸਹੇਲੀ ਆ ਗਈ ਬਿੱਲੇ ਨੂੰ ਲੈਣ ਤੇ ਬਿੱਲਾ ਨਿਕਲ ਗਿਆ ਬਿੱਲਾ ਸਾਨੂੰ ਇੱਥੇ ਛੱਡ ਗਿਆ ਸੁਕਣੇ ਪਾ ਗਿਆ ਆਪ ਘੁੰਮਣ ਚੱਲ ਗਿਆ ਵਾ ਤੇ ਅਸੀਂ ਹੁਣ ਬਸ ਇਹ ਤੋਂ ਬਾਅਦ ਗੱਡੀ ਸੈੱਟ ਕਰਾ ਕੇ ਚਲੀਏ ਵਾਪਸੀ ਪੰਜ ਵੱਜਣੇ ਆਪਾਂ ਨੂੰ ਹਲੇ ਟਾਈਮ ਹੋਇਆ ਆ ਤਿੰਨ ਵਜੇ ਪੂਰੇ ਤਿੰਨ ਆ ਗਈ ਜੀ ਆ ਗਈ ਚਾਹ ਲਿਆ ਆਂਟੀ ਜੀ ਥੈਂਕ ਯੂ ਧੰਨਵਾਦ ਆਂਟੀ ਜੀ ਤੁਹਾਡਾ ਬਹੁਤ ਬਹੁਤ ਚਾਹ ਵੀ ਲਈਏ ਬਾਈ ਹੁਣ ਆਪਣਾ ਰੰਗ ਸ਼ੁਰੂ ਹੋ ਗਿਆ ਜੀ ਉਹ ਪਿੱਛੇ ਗੇਟ ਤੇ ਵੀ ਲੱਗ ਜੂਗਾ ਰੰਗ ਰੰਗ ਹੋਣਾ ਸ਼ੁਰੂ ਹੋ ਗਿਆ ਜੀ ਫਸਟ ਕੋਟ ਕਰਾ ਦੇ ਵਾਰ ਤੋਂ ਬੰਦਰ ਵੀ ਨਿਕਲ ਗਿਆ ਦੋ ਵਾਰ ਕਰਾ ਦੇ ਵਾਰ
क्या हुआ पेंट को? लेकर मारेंगे हैं? लेकर इसके बाद और कितने लगेंगे? इसके बाद से एक और कोट फाइनल होएगा बस। मैच तो करना ही रहा यार। हाँ जी मित्रों, ते गड्डी कराली सेट ते गड्डी दा रंग मैच नहीं किया ते तामी कोई चक्कर नहीं, कहते रबिंग तो बाद सारा गड्डी दा जड़ा धामा जामा सेट कर देना है उन्होंने, ते दो तीन दिन बाद रबिंग करान जावांगे ते हुण इन्हां नूं भुख लग गई है ते फिर देखो जूस पीण आए हां ही देखदा इधरों। हाँ बनाना शेक, केला शेक, केला शेक, केला शेक पीना जी इन्होंने सारे ने, केला शेक। वह बंदा देखो अपने प्रोडक्ट नाल चक्की बैठा जिम वाले, जिम च पवाण नूं ओट्स पवाले ने केला शेक च। केड़ा केला शेक लवाया? हां वो बनाना शेक लवाया। हां हां केड़ा बनाना? चार चार गए ते केला शेक ही चार, चार केला शेक, चारे केले रहन दे यार। ते चलो जी बाई जी हुण अहीं चले आ फ्लैट नूं, ते जे ब्लॉग वधिया लगे तां तुहानूं इक वार गड्डी बाहरों दिखा दिंदे आ किदां दी। दिखाती नहीं वे कंपाउंड होगा उन्नी की हैगी अजे, कंपाउंड तो बाद तीन दिन बाद बुलाया उन्होंने, तीन दिन बाद पूरा मैच करा देंगे जे उन्नी की है। आ चीज होगी आ गया मेरा, ये सारा डाल दिया इसमें, इसके बाद इसको भी डालना है मेरे में, रुक जाओ। ओके ते जिमे की थोनू सैवी ने गड्डी दिखाती है जी, ते तो बाद हुण अहीं चले आ घर नूं, ते जे तुहानूं ब्लॉग वधिया लग्या साडा टाइम पास अज बहुत वधिया होया आ, ते जे तुहाडा भी ब्लॉग देख के टाइम पास वधिया होया ते ब्लॉग नूं लाइक कमेंट सबसक्राइब चैनल नूं जरूर करियो। अगे गाना आ रहा जी अपना बहुत जल्द, ते जुड़े रहो चैनल दे नाल, लव यू।